वाइस पंजाब के प्रधान अमृतपाल सिंह जदों के पंजाब आए ने उदों तो ही उन्होंने नाल खालसा सिक्योरिटी काफ़ी तैनात की हुई है। इस दे नाल ही अमृतपाल सिंह वालों खालसा वही चलाई गई जिस विच उन्होंने नाल वरिंदर सिंह जिन्होंने फौजा के नाम नाल जाने जाता है वह उन्होंने काफ़ी करीब सन। इस दे नाल ही उन्होंने वालों एक वीडियो वायरल की गई जिस विच वरिंदर सिंह दे वालों हवाई फायर किए जा रहे ने जिस दे तहत वरिंदर सिंह दे खिलाफ आईपीसी ते आर्म एक्ट दे अधीन थाना सदर पट्टी विखे मामला दर्ज किया गया जिस तों बाद उन्हां नूं गिरफ्तार किया। इस दे नाल ही बीती दिनी पट्टी दी अदालत वालों उन्हां नूं जमानत अर्जी मंजूर करदिआं उन्हां नूं 50,000 रुपए दे जमानत पण दा हुक्म होया। इस दे नाल ही उन्हां नूं जमानत पण तों बाद पट्टी दी सब जेल तों भाई अमृतपाल सिंह दे दोस्त वरिंदर सिंह फौजी नूं रिहा किया गया। बीती रात वरिंदर सिंह नूं जेल तो बाहर लैण लई उन्हां दे साथी भी मौजूद रहे। इस दे नाल ही एडवोकेट अंकुश टंड दे वलों अते वरिंदर सिंह फौजी दे वलों की कहा गया ओ तुसी आप सुनो। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਵਰਿੰਦਰ ਸਿੰਘ ਜੀ ਤੇ ਇੱਕ ਵਾਇਰਲ ਵੀਡੀਓ ਹੈਗੀ ਜਿਸ ਦੇ ਬੇਸ ਤੇ ਉਹਨਾਂ ਨੇ ਆਰਮਸ ਐਕਟ ਲਗਾਇਆ ਸੀ ਨਾਲ 336 ਆਈਪੀਸੀ ਲਾਈ ਸੀ। ਜਦੋਂ ਪੁਲਿਸ ਨੇ ਵੈਰੀਫਾਈ ਕੀਤਾ ਇਸ ਰਿਗਾਰਡਿੰਗ ਉਹਨਾਂ ਨੇ ਪਾਇਆ ਕਿ ਲਾਇਸੈਂਸੀ ਵੈਪਨ ਹੈਗਾ ਵਾ ਤੇ ਆਰਮਸ ਐਕਟ ਇੱਥੇ ਬੰਦਾ ਨਹੀਂ। ਉਹਨਾਂ ਨੇ ਇਸ ਚੀਜ਼ ਕਰਕੇ ਉਹਨਾਂ ਦੇ ਘਾਟਾ ਜੁਰਮ ਕਰਤਾ। ਦੈਨ ਦੋ ਹੀ ਅਫੈਂਸ ਰਹਿੰਦੇ ਸੀ 336 ਤੇ 188 ਆਈਪੀਸੀ, ਦੈਟ ਇਜ਼ ਅਵੇਲੇਬਲ ਅਫੈਂਸ। ਦੈਨ ਅਸੀਂ ਮਾਣਯੋਗ ਅਦਾਲਤ ਅੱਗੇ ਪੇਸ਼ਕਸ਼ ਕੀਤੀ ਕਿ ਇਹ ਅਫੈਂਸ ਅਵੇਲੇਬਲ ਹੈਗੇ ਤਾਂ ਸਾਨੂੰ ਬੇਲ ਗ੍ਰਾਂਟ ਕੀਤੀ ਜਾਵੇ। ਦੈਨ ਮਾਣਯੋਗ ਅਦਾਲਤ ਨੇ ਸਾਡੀ ਸਾਨੂੰ ਮਨਜ਼ੂਰੀ ਦਿੱਤੀ ਇਸ ਕਰਕੇ ਸਾਨੂੰ ਬੇਲ ਗ੍ਰਾਂਟ ਹੋਈ। ਕਿੰਨੇ ਦਾ ਆਰਡਰ ਕੀਤਾ ਮਾਣਯੋਗ ਅਦਾਲਤ ਵੱਲੋਂ ਸਰ? 50,000 ਰੁਪਇਆ। ਵਨ ਸ਼ੋਰਟੀ? ਵਨ ਸ਼ੋਰਟੀ। ਭਾਈ ਵਰਿੰਦਰ ਸਿੰਘ ਜੀ, ਤੁਸੀਂ ਅੱਜ ਜੇਲ੍ਹ 'ਚੋਂ ਬਾਹਰ ਆਏ ਹੋ, ਰਿਹਾ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ? ਬਸ ਠੀਕ ਹੈ ਵੀਰ, ਵਧੀਆ ਚੜ੍ਹਦੀ ਕਲਾ ਜੀ ਆਪਾਂ ਰਹੇ ਹਾਂ, ਕੋਈ ਉਹਦੀ ਤਕਲੀਫ ਪਰੇਸ਼ਾਨੀ ਨਹੀਂ, ਆਪਾਂ ਸਾਨੂੰ ਵਧੀਆ ਤਰੀਕੇ ਨਾਲ ਰੱਖਿਆ। ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਉਸ ਸੰਬੰਧੀ ਕੁਛ ਕਹਿਣਾ ਚਾਹੁੰਦੇ ਹੋ? ਮੈਂ ਉਸ ਮੁੱਦੇ ਆਪਾਂ ਕੋਈ ਨਹੀਂ ਕਹਿਣਾ। ਤਰਨ ਤਾਰਨ ਤੋਂ ਜਗਜੀਤ ਸਿੰਘ ਡਲ ਦੀ ਰਿਪੋਰਟ, ਪਬਲਿਕ ਟਾਈਮਜ਼।